अस्सलाम वालेकुम जी, की हाल चाल ने दोस्तों? ठीक ठाक हो, खैर खरीय दे नाल हो। मैं लाहौर दे विच मौजूद हाँ जनाब यूसुफ शाह साहब दे घर। इंशाल्लाह कल हैप्पी संडे होएगा, तुहानू शौक करवावांगा दीगर छत्तां दे उपर भी, और इंशाल्लाह अच्छे कबूतरां दा तुहानू शौक करावांगा मैं। देखो मेरी आवाज़ और पिक्चर क्वालिटी ठीक है, ताकि शुरू करिए इसी तरह गपशप दा सिलसिला। बड़े प्यारे साढ़े दोस्त ने, बड़े मेहमान नवाज ने, और बड़ा खिदमत करन दा जज्बा रखते ने यूसुफ शाह साहब। और साढ़े शौक दे विच साढ़े नाल दोस्तों का किरदार भी अदा करते हैं, और बजुर्गों का किरदार भी अदा करते हैं। तो मैं अज इन्हां दे कोल आया सीगा, कुछ कबूतर देखे, और कबूतर देखने तो बाद कुछ इन्हां नूं मशवरा वगैरह भी दिता, कोई शॉप दे विच कोई इन्हां दी कोई सैटिंग मैटिंग भी की। इन्हां ने मैनूं जौनसरे कबूतर दिखाए ने शाह परवाज, इन्हां दे विचों दो, एक पट्ठा एक पट्ठी, तो मैं फैसलाबाद भेजे से वह लैस होए पे ने, और दो चार कबूतर जिहड़े इन्हां ने इत्थों मनीर शाह साहब कोलों भी परचेज किए ने, देखे ने, तो बड़े अच्छे कबूतर बन गए ने इन्हां दे कोल। जौनसरिया का बड़ा प्यारा सैटअप बन गया, तो इन्हां नाल गपशप करते हैं, और इस तो बाद तुहाडी जिहड़ी आ कबूतरां दे नाल कबूतरां दा शौक भी कराने आ तुहानू, और मज़ा भी आएगा इंशाल्लाह। अस्सलामुअलैकुम शाह जी, की हाल चाल है शाह जी, खैरियत? सब तो पहले तो शाह जी मेहमान नवाजी का बहुत बहुत शुक्रिया। बड़ा कीमती टाइम तुसी दिता सानू, बहुत बहुत शुक्रिया। ਤੇ ਕਿਹੜੇ ਕਬੂਤਰ ਸ਼ਾਹ ਜੀ ਅੱਜ ਕੱਲ ਤੁਹਾਡੀ ਫਰੰਟ ਲਿਸਟ ਦੇ ਉੱਪਰ ਨੇ? ਫਰੰਟ ਲਿਸਟ ਦੇ ਰਹਿਣ ਭਾਈ ਇਹੋ ਜਿਹੜੇ ਸ਼ਾਹ ਪਰਵਾਜ਼ ਕਬੂਤਰ ਨੇ ਜੀ, ਇਹ ਵਾਲੇ ਮੈਂ ਕਰਾਉ ਕਰ ਰਿਹਾ ਇਹਨਾਂ ਦੀ ਡਿਵੈਲਪਮੈਂਟ ਕਰ ਰਿਹਾ। ਅੱਛਾ ਜੀ, ਤਾਂ ਉਹਦੇ ਨਾਲ ਹੀ ਜੀ ਜੀ, ਕੋਈ ਮਸਲਾ, ਬਿਲਕੁਲ ਇਨਸ਼ਾਅੱਲਾ। ਮਾਸ਼ਾਅੱਲਾ ਹੁਣ ਮੈਂ ਹੋ ਗਏ ਨੇ ਕਾਫੀ ਬਣ ਗਏ ਨੇ ਇਹਦੇ ਚੋਂ ਨਾ। ਅੱਛਾ ਜੀ, ਕਾਫੀ ਪਰਿੰਦੇ ਬਣ ਗਏ ਜੀ ਉਸਤਾਦ ਜੀ, ਦੇਖੋ ਮਾਸ਼ਾਅੱਲਾ। ਵੈਸੇ ਇਦਾਂ ਜ਼ਰਾ ਸ਼ਕਲ ਦਿਖਾਓ ਇਹਨਾਂ ਦੀ, ਇਦਾਂ ਕਰਕੇ ਇੱਥੇ ਜੀ। ਦੋਸਤੋ ਦੇਖੋ, ਸ਼ਾਹ ਹੁਣਾਂ ਨੇ ਬੜੀ ਮਿਹਨਤ ਦੇ ਨਾਲ, ਬੜੀ ਲਗਨ ਦੇ ਨਾਲ ਜਿਹੜਾ ਨਾ ਇਹਨਾਂ ਦੇ ਇਸ ਇਹਨਾਂ ਕਬੂਤਰਾਂ ਦੇ ਵਿੱਚ ਟਾਈਮ ਗੁਜ਼ਾਰਿਆ, ਔਰ ਬੜੇ ਖੂਬਸੂਰਤ ਕਬੂਤਰ ਬਣਾ ਲਏ ਮਾਸ਼ਾਅੱਲਾ। ਜੌਂਸਰੇ ਕਬੂਤਰ ਇਤਨੀ ਅੱਛੀ ਫਿਜ਼ੀਕ ਦੇ ਵਿੱਚ, ਇਤਨੇ ਅੱਛੇ ਕਲਰ ਦੇ ਵਿੱਚ, ਸ਼ੇਪ ਦੇ ਵਿੱਚ, ਮਤਲਬ ਬੜੇ ਬੜੇ ਵਾਲਾ ਸਟਰਕਚਰ, ਬਹੁਤ ਜ਼ਬਰਦਸਤ ਸਟਰਕਚਰ, ਬੜਾ ਅੱਛਾ ਹੈ ਮਾਸ਼ਾਅੱਲਾ। ਇਹ ਕਿਹੜਾ ਸ਼ਾਹ ਜੀ? ਸਰ ਜੀ ਆ ਜਿਹੜਾ ਤੁਸੀਂ ਭੇਜੀ ਪੱਟੀ ਫੈਸਲਾਬਾਦ। ਅੱਛਾ ਜੀ, ਮੇਰੇ ਵਾਲਾ ਠੀਕ ਹੋ ਗਿਆ। ਤੇ ਕੈਸਾ ਲੱਗਦਾ ਸ਼ਾਹ ਜੀ ਜਿਸਮ ਇਹਨਾਂ ਦਾ ਹੱਥ ਫੜ ਕੇ, ਕੀ ਲੱਗਦਾ? ਇੰਨਾ ਨਹੀਂ ਲੱਗਦਾ ਜਿਵੇਂ ਕੋਈ ਟੈਡੀ ਕਬੂਤਰ ਹੱਥ ਫੜਿਆ ਹੋਇਆ ਜਾਂ ਬਿਲਕੁਲ ਜੀ। ਜ਼ਰਾ ਇਹਦੇ ਅੱਖ ਦਾ ਤੇ ਸ਼ੌਕ ਕਰਾਓ ਸ਼ਾਹ ਜੀ ਪਹਿਲੇ। ਲਓ ਜੀ, ਇਸ ਟਾਈਮ ਰਾਤ ਦਾ ਟਾਈਮ, ਲੇਕਿਨ ਫਿਰ ਵੀ ਤੁਸੀਂ ਦੇਖੋ, ਔਰ ਇਹ ਪਹਿਲੇ ਧਾਕੇ ਦਾ ਬਹੁਤ ਹੀ ਖੂਬਸੂਰਤ, ਬੜਾ ਮੂੰਹ ਛੂ, ਅੱਖਾਂ ਪਲਕਾਂ ਪੁਲਕਾਂ। ਸ਼ਾਹ ਜੀ ਕੁੰਦਾ ਵੀ ਖੋਲੋ ਹਜ਼ਰ ਇਹਦਾ। ਬਲਕਿ ਆਉਣ ਦਾ ਹੀ ਆ, ਤੁਸੀਂ ਫੋਨ ਫੜੋ, ਮੈਂ ਕੁੰਦਾ ਖੋਲਦਾ ਬਸ। ਆਪ ਉੱਪਰ ਹੀ ਹੋਏ, ਬਸ ਮੈਂ ਜਹਾਂ ਪੇ ਆਪਕੋ ਬੋਲੂੰਗਾ ਨਾ ਵਹਾਂ ਪੇ ਆਪਣੇ। ਅਤੇ ਆਪਾਂ ਦੇ ਵਿੱਚ ਲੱਗੇ ਆ ਜੀ ਮਾਸ਼ਾਅੱਲਾ, ਦੇਖੋ ਕੈਸੇ ਪਾਰਕ ਹੁੰਦੇ ਆ, ਕਲਿੱਕ ਕਰਨਾ ਜ਼ਰਾ ਇਸ ਦੇ ਉੱਪਰ ਇੱਧਰ। ਮਾਸ਼ਾਅੱਲਾ ਜੀ, ਬਹੁਤ ਅੱਛੇ ਪਾਰ ਨੇ ਇਹਦੇ, ਆ ਬਾਹਰ ਦੇ ਤਿੰਨ ਪਾਰ ਦੇਖੋ, ਕਲਿੱਕ ਕਰਨਾ ਪਰ ਵੈਸੇ ਬਸ ਬਸ ਦਸਵਾਂ ਦੇਖੋ, ਨੌਵਾਂ ਔਰ ਅੱਠਵਾਂ ਦੇਖੋ ਕੈਸਾ, ਬੜੀ ਅੱਛੀ ਸ਼ੇਪ ਆ ਪਰਾਂ ਦੀ, ਬੜੀਆਂ ਅੱਛੀਆਂ ਇਹਨਾਂ ਦੀਆਂ ਫਜ਼ੀਕਾਂ ਨੇ ਮਾਸ਼ਾਅੱਲਾ। ਦੁਮ ਦੇਖ ਲਓ, ਦੂਸਰੀ ਸਾਈਡ ਦੇ ਪਰ ਫੜਨ ਲੱਗਿਆ ਜ਼ਰਾ ਹਲਕਾ ਜਿਹਾ ਹੋ ਗਿਆ, ਲੇਕਿਨ ਜੇ ਦੇਖੋ ਕਰੀਬ ਕਰਕੇ ਦਿਖਾਓ, ਹੋਰ ਕਰੀਬ ਕਲਿੱਕ ਵੀ ਕਰੋ, ਡਬਲ 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 ਡਬਲ
बस बस उधर देखे फोन उधर देखे अंदर से क्लोज करें इसको ऐसे गुड जी ठीक दूर करें जरा शाबाश अच्छा जी ये नाल शाह जी नर केड़ा लाया दूजा तुम क्या सी हां जी वो दिखाना जरा ਇਹਦਾ ਵੀ ਅਸੀਂ ਸ਼ੌਕ ਕਰਾ ਦਿੰਦੇ ਹਾਂ ਕਿ ਉਹ ਪਹਿਲੇ ਉਹ ਦਿਖਾਓ ਉਹਦਾ ਬਸ ਇੱਕ ਕਲਿੱਕ ਕਰਨਾ ਆਪਣੇ ਐਸੇ ਬਸ ਇੱਕ ਕਲਿੱਕ ਪਰ ਜੀ ਉਸ ਪੱਠੀ ਦੇ ਨਾਲ ਜਿਹੜਾ ਪੱਠਾ ਜਿਹੜਾ ਕਬੂਤਰ ਸ਼ਾਹ ਸਾਹਿਬ ਨੂੰ ਲਾਉਣ ਲਈ ਕਿਹਾ ਹੋਇਆ ਉਹਦਾ ਤੁਹਾਨੂੰ ਸ਼ੌਕ ਕਰਾਂਗਾ ਇਹ ਇਹ ਮੇਰੇ ਹੱਥ ਦੇ ਵਿੱਚ ਆ ਗਿਆ ਕਬੂਤਰ लो सर देखो उम्मीद है सारे दोस्तों नूं मज़ा आएगा शौक का भी और कबूतरां दी बैलेंसिंग का भी और अपना सारा सब तो पहले तो इहदियां अखां देखो कबूतर प्योर शाह प्रवास कबूतर दूर करो जरा अच्छा जी ਇਹਦਾ ਸਾਰਾ ਜਿਹੜਾ ਗੱਟਾ ਹੈ ਨਾ ਉਹ ਜਾਮਨੂ ਆ ਜਿਹੜਾ ਰਾਣਾ ਸਾਹਿਬ ਦੇ ਕੋਲ ਜੰਮੂ ਉੱਡਦਾ ਰਿਹਾ ਨਾ ਜਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਔਰ ਮਾਸ਼ਾਅੱਲਾ ਮਾਸ਼ਾਅੱਲਾ ਬੜੀ ਪਾਵਰ ਦੇ ਕਬੂਤਰ ਨੇ ਤੁਹਾਨੂੰ ਮੈਂ ਇਹਦਾ ਸ਼ੌਕ ਕਰਾ ਰਿਹਾ ਪਾਰਕ ਹੁੰਦੇ ਦਾ ਦੇਖੋ ਬਸ ਬਸ ਆਪ ਉੱਧਰ ਹੀ ਰਹਿਣਾ ਵਿਊ ਕੇ ਹਿਸਾਬ ਸੇ ਮੈਂ ਖੁਦ ਹੀ ਸੈਟਿੰਗ ਬਣਾ ਲਓ ਜੀ ਦੇਖੋ ਇਹਦੇ ਅੰਦਰ ਇਹਦੀਆਂ ਬਗਲਾਂ ਇਹਦੇ ਬਾਹਰ ਦੇ ਪਰ ਠੀਕ ਹੈ ਇਹਦੀ ਦੁੰਮ ਬਿਲਕੁਲ ਬੰਦ ਦੁੰਮ ਹੈ ਜੀ ਕੋਈ ਇੱਕ ਪਰ ਵੀ ਜਿਹੜਾ ਨਾ ਦੁੰਮ ਦਾ ਉਹ ਨਹੀਂ ਖੁੱਲਦਾ ਦੇਖੋ ਪਰਾਂ ਦੀ ਤਰਤੀਬ ਕੈਸੇ ਲੱਗੀ ਜੀ ਮਾਸ਼ਾ ਤੋਂ ਬਾਅਦ ਇਹ ਵਾਲਾ ਪੱਠਾ ਮੈਂ ਭੇਜਿਆ ਸੀ ਫੈਸਲਾਬਾਦ ਹੋਣਾ ਕਮੈਂਟਸ ਦੇ ਉੱਪਰ ਉੱਪਰ ਹੀ ਦੇਖਾਂ ਬੈਠ ਜਾਓ ਥੱਕ ਨਾ ਜਾਣਾ ਇਹ ਸ਼ਾਹਪੁਰਵਾਦ ਉੱਥੋਂ ਫੈਸਲਾਬਾਦ ਤੋਂ ਪੱਠਾ ਭੇਜਿਆ ਸੀ ਦੂਰ ਕਰੇ ਜ਼ਰਾ ਔਰ ਇਹ ਪਹਿਲੇ ਧਾਕੇ ਦਾ ਪੱਠਾ ਹੈ ਦੇਖੋ ਇਹਦਾ ਵੀ ਕੁੰਦਾ ਕੈਸਾ ਇਹਦੀ ਵੀ ਦੁੰਮ ਦੇਖੋ ਇਹਦਾ ਪੂਰਾ ਕਲਰ ਮਾਸ਼ਾਅੱਲਾ ਸ਼ਾਹ ਜੀ ਕਮਾਲ ਕਰ ਗਏ ਕਮਾਲ ਢਾਡਾ ਹੋਇਆ ਕਿ ਮੇਰਾ ਤੁਹਾਡਾ ਹੀ ਹੋਇਆ ਜੀ ਜਿਨ੍ਹਾਂ ਨੇ ਮਿਹਨਤ ਕੀਤੀ ਇਹ ਮਾਦੀ ਕਿੰਨਾ ਦੇ ਇਹ ਮਾਦੀ ਜੀ ਇਹਦੇ ਨਾਲ ਲੱਗੀ ਨਾ ਹਾਂਜੀ ਲਓ ਸਰ ਜੀ ਇਹ ਵੀ ਸ਼ਾਹਪੁਰਵਾਦ ਮਾਦੀ ਹੈ ਪੂਰਾ ਨੀਲਾ ਜੰਮੂ ਘਾਟਾ ਇਹਦਾ ਵਾਹ ਔਰ ਬਹੁਤ ਹੀ ਅੱਛੇ ਕੁੰਦੇ ਦੀ ਮਾਲਕ ਹੈ ਦੇਖੋ ਬਗਲਾਂ ਦੇ ਕੈਸੇ ਭਰਨੇ ਦੇ ਬਾਹਰ ਦੇ ਕੈਸੇ ਭਰਨੇ ਔਰ ਇਹ ਵੀ ਜੰਮੂ ਹੀ ਹੈ ਸਾਰੀ ਦੀ ਸਾਰੀ ਜਾਮਨੀ ਹੈ ਗਾਟੇ ਤੋਂ ਉਹਦੀ ਦੁੰਮ ਦੇਖੋ ਬਿਲਕੁਲ ਬੰਦ ਹੋ ਗਈ ਸਾਰੀ ਜੰਮੂ ਹੈ ਵੀ ਮਾਸ਼ਾ ਜੀ ਸ਼ਾਹ ਜੀ
ਦੇਖੋ ਜੀ ਆ ਵੀ ਸ਼ਾਹ ਪਰਵਾਜ਼ ਆ ਵੀ ਦੇਖੋ ਬੜਾ ਹੀ ਪਿਆਰਾ ਕਬੂਤਰ ਹੈ ਜੀ ਇਹ ਵੀ ਸਾਰਾ ਸਿਰ ਫਿੱਕਾ ਫਰਾਂਸੀਆ ਹੈਗਾ ਫਰਾਂਸੀਆ ਪੱਠਾ ਵਿੱਚੋਂ ਨਿਕਲਿਆ ਸ਼ਾਹ ਪਰਵਾਜ਼ ਦਾ ਜੀ ਮੁਰਸ਼ਦ ਜੀ ਲਓ ਜੀ ਪੀਆਂ ਦੇ ਕੋਲ ਘਮੱਗਰ ਕਬੂਤਰ ਵੀ ਬੜੇ ਲਾਜਵਾਬ ਨੇ ਇਹਨਾਂ ਨੇ ਬਣਾਏ ਹੋਏ ਔਰ ਇਹਨਾਂ ਦੇ ਕੋਲ ਇਹ ਕਬੂਤਰ ਬੜੇ ਪੁਰਾਣੇ ਆ ਇਹ ਆਪਣਾ ਦੱਸਦੇ ਆ ਉਸਤਾਦ ਅਲੀ ਬਲੋਚ ਵਾਲੇ ਕਬੂਤਰ ਨੇ ਇਹਨਾਂ ਦੇ ਕੋਲ ਘਮੱਗਰ ਔਰ ਹੁਣ ਇਹ ਕਬੂਤਰ ਜਿਹੜੇ ਨੇ ਨਾਯਾਬ ਹੋ ਚੁੱਕੇ ਨੇ ਹੁਣ ਇਹ ਕਬੂਤਰ ਨਹੀਂ ਮਿਲਦੇ ਦਿਖਾਓ ਜੀ ਜ਼ਰਾ ਉਸਤਾਦ ਅਲੀ ਬਲੋਚ ਵਾਲੇ ਇਹ ਕਬੂਤਰ ਨੇ ਘਮੱਗਰ ਮੇਰੇ ਭਾਈ ਨੇ ਜੀ ਮੈਂ ਰਾਸਮ ਸਾਹਿਬ ਅੱਲਾਹ ਤਾਲਾ ਉਹਨਾਂ ਜਿੰਨਾ ਨਸੀਬ ਕਰੇ ਜੀ ਇਹ ਉਹਨਾਂ ਦਾ ਕੁਲਾਉਣਾ ਮਨ ਸਾਰੇ ਆਏ ਨੇ ਬਹੁਤ ਜ਼ਿਆਦਾ ਨੇ ਉਹਦੇ ਟਾਈਮ ਨਹੀਂ ਆ ਗਿਆ ਇੰਨੇ ਦਿਖਾਏ ਜਾ ਸਕਦੇ ਦੇਖੋ ਜੀ ਕੁੰਦਾ ਕੈਸਾ ਲੱਗਾ ਮਾਸ਼ਾ ਅੱਲਾਹ ਦੂਰ ਕਰੋ ਜਰਾ ਸਾਰਾ ਸਾਰਾ ਕੁੰਦਾ ਦਿਖਾਇਆ ਇਸੇ ਦੋਮ ਦੇਖੋ ਬਿਲਕੁਲ ਪੈਕ ਬੜਾ ਖੂਬਸੂਰਤ ਕਬੂਤਰ ਸਾਈਜ਼ ਵੀ ਬਹੁਤ ਅੱਛਾ ਆਈਡੀਅਲ ਸਾਈਜ਼ ਜੀ ਸ਼ਾਹ ਜੀ ਇਹ ਕਿਹੜਾ ਜੀ ਇਹ ਵੀ ਇਹਨਾਂ ਵਿੱਚ ਲਓ ਜੀ ਇਹ ਕਬੂਤਰ ਨੇ ਇਹਨਾਂ ਦੇ ਵਿੱਚ ਪੱਕੇ ਰੰਗਾਂ ਦੇ ਜਿਹੜੇ ਮਾਸ਼ਾਅੱਲਾ ਮਾਸ਼ਾਅੱਲਾ ਕਨਫਰਮ ਬੱਚਾ ਆਏਗਾ ਕਬੂਤਰ ਬਾਹਰ ਦੇ ਵੀ ਪਰਾਂ ਦੀ ਤਰਤੀਬ ਦੇਖੋ ਕੈਸੇ ਜੀ ਉਸਤਾਦ ਮਾਸ਼ਾਅੱਲਾ ਵੀ ਬਾਹਰ ਦੇ ਚਾਰ ਪਰ ਸੁਪਰ ਹਿੱਟ ਅੰਦਰਲੇ ਪਰ ਦੇਖੋ ਦੁੰਮ ਦੇਖੋ ਇਹਦੀ ਕਬੂਤਰਾਂ ਦਾ ਬੈਲੈਂਸ ਕਬੂਤਰਾਂ ਦੀ ਪਰਫੈਕਸ਼ਨ ਦੁੰਮ ਦੇ ਨਾਲ ਜੁੜੀ ਹੋਈ ਹੈ ਜਿਸਮ ਪਰ ਕੁੰਦਾ ਹਰ ਚੀਜ਼ ਆਪਣੀ ਜਗ੍ਹਾ ਲੇਕਿਨ ਜੋ ਦੁੰਮ ਦਾ ਕਿਰਦਾਰ ਹੈ ਨਾ ਉਹਦੇ ਪਰਵਾਜ਼ ਦੇ ਵਿੱਚ ਉਹਦੀ ਨਸਲ ਬਣਾਉਣ ਦੇ ਵਿੱਚ ਉਹਦੀ ਖੂਬਸੂਰਤੀ ਦੇ ਵਿੱਚ ਬੜਾ ਅਹਿਮ ਕਿਰਦਾਰ ਹੈ ਇਹਨਾਂ ਦੇ ਵਿੱਚੋਂ ਹੀ ਨਿਕਲਦੇ ਆ ਕਬੂਤਰ ਬੰਦ ਅੱਖੇ ਇਹਨਾਂ ਨੂੰ ਲੋਕ ਡਾਇਮੰਡ ਵੀ ਕਹਿੰਦੇ ਆ ਦੂਰ ਕਰੋ ਜੀ ਆਓ ਸ਼ਾਹੀ ਕੋਈ ਆਪਣਾ ਗੱਪ ਸ਼ੱਪ ਲਾਈਏ ਥੋੜੀ ਜਿਹੀ ਫਿਰ ਉਹ ਜੀ ਇਹ ਵੱਡਾ ਕਬੂਤਰ ਹੈ ਇਹਨਾਂ ਦਾ ਤੇ ਇਹ ਅੱਖਾਂ ਦੇ ਟੈਡੀ ਕਬੂਤਰ ਹੁਣ ਨਾਯਾਬ ਹੋ ਗਏ
ਕਬੂਤਰ ਹੁਣ ਨਾਯਾਬ ਹੋ ਚੁੱਕੇ ਨੇ ਟੈਡੀ ਕਬੂਤਰਾਂ ਦੇ ਵਿੱਚ ਨਾ। ਇਹ ਅੱਖਾਂ ਜੌਂਸਰੇ ਕਬੂਤਰਾਂ ਦੀਆਂ ਨੂੰ ਸਵਾਰ ਦੇਣ ਵਾਲੀਆਂ ਅੱਖਾਂ ਨੇ, ਉਹ ਇਹਨਾਂ ਨੂੰ ਸਵਾਰ ਦਿੰਦੇ ਨੇ, ਇਹ ਉਹਨਾਂ ਨੂੰ ਸਵਾਰ ਦਿੰਦੇ ਨੇ। ਮਾਸ਼ਾਅੱਲਾ ਭਾਜੀ, ਕੁੰਦੇ ਦਾ ਵੀ ਸ਼ੌਕ ਕਰੋ। अच्छा शाह जी, कबूतरबाजी की जिद्दत दे नाल सोशल मीडिया तो ते तुसी नाल अटैचमेंट है ही है, और शौक दे वाले नाल राणा मुन्ना साहब नाल पार्टीबाजी भी आपां करदे आ ते उहनां लई उहनां दी सपोर्ट भी करदे आ। भाई ने ओ लाज़मी गल है, असीं सपोर्ट नहीं करनी ते किन्नी करनी। की कहोगे राणा साहब लई? राणा साहब जी जेंटलमैन आदमी ने, शौकीन आदमी ने ते प्लेयर आदमी ने। ਮੁਕਾਬਲੇ ਤੈਅ ਕੀਤੇ ਨੇ, ਬੜੇ ਅੱਛੇ ਮੁਕਾਬਲੇ ਤੈਅ ਕੀਤੇ ਨੇ ਤੇ ਇਨਸ਼ਾਅੱਲਾ ਲਾਜ਼ਮੀ ਵਿਨ ਕਰਨਗੇ ਇਨਸ਼ਾਅੱਲਾ। ਤੇ ਲਾਹੌਰ ਦੇ ਸ਼ਾਇਕੀਨ ਲਈ ਕੀ ਕਹਿਣਾ ਚਾਹੋਗੇ? ਤੁਸੀਂ ਲਾਹੌਰ ਚ ਰਹਿੰਦੇ ਹੋ? ਹਾਂਜੀ, ਲਾਹੌਰ ਦੇ ਸਾਰਾ ਤੁਹਾਨੂੰ ਪਤਾ ਇੰਨਾ ਵੱਡਾ ਸ਼ਹਿਰ ਹੈ, ਲਾਹੌਰ ਤੇ ਕਬੂਤਰਬਾਜ਼ੀ ਵੀ ਬਹੁਤ ਜ਼ਿਆਦਾ ਵੇ ਜੀ। ਹੁਣ ਤੇ ਜਦੋਂ ਪਤੰਗਬਾਜ਼ੀ ਬੰਦ ਹੋਈ ਕਬੂਤਰਬਾਜ਼ੀ ਡਬਲ ਹੋ ਗਈ। ਮਾਸ਼ਾਅੱਲਾ ਬੜੇ ਬੜੇ ਅੱਛੇ ਅਫਰਾਦ ਨੇ ਜਿਹੜੇ ਅਸਲੇ ਕਬੂਤਰਬਾਜ਼ੀ ਚ ਆ ਰਹੇ, ਪਹਿਲੇ ਨਹੀਂ ਸਨ ਇਸ ਨਾਲ ਦਾ ਹੀਗਾ ਸਿਸਟਮ ਹੀ ਜੀ। ਮੈਨੂੰ ਤਕਰੀਬਨ ਹੋ ਗਏ ਨੇ 39 ਸਾਲ ਹੋ ਗਏ ਸ਼ੋਅ ਕਰਦੇ ਜੀ, ਤੇ ਪਹਿਲੇ ਨਹੀਂ ਸੀ ਇਸ ਤਰ੍ਹਾਂ ਦੇਖੀਦਾ। ਮਾਸ਼ਾਅੱਲਾ ਹੁਣ ਬੜੇ ਪੜ੍ਹੇ ਲਿਖੇ ਬੱਚੇ ਵੀ ਆ ਰਹੇ ਨੇ ਜੀ, ਜੀ ਅੱਛੇ ਮਾਸ਼ਾਅੱਲਾ ਸਮਝਦਾਰ, ਨਾਲ ਜਿੱਦਤ ਬਹੁਤ ਆ ਗਈ ਕਬੂਤਰਬਾਜ਼ੀ ਚ। ਪਹਿਲੇ ਇਸ ਤਰ੍ਹਾਂ ਦਾ ਨਹੀਂ ਸੀ ਸਿਸਟਮ ਹੀਗਾ, ਬਿਲਕੁਲ ਇਸ ਤਰ੍ਹਾਂ ਪਹਿਲੇ ਦੇ ਬਸ ਇਸੇ ਤਰ੍ਹਾਂ ਸਿਸਟਮ ਚੱਲਦਾ ਪਿਆ ਸੀ। ਸ਼ੌਕ ਦਿਆ ਇੱਕ ਹੈਗਾ ਸੀਗੇ, ਚਲੋ ਸ਼ੌਕ ਸਿਲਸਿਲਾ ਚੱਲਦਾ ਪਿਆ, ਲੇਕਿਨ ਹੁਣ ਜਿਹੜਾ ਹੈਗਾ ਨਾ, ਹੁਣ ਪੜ੍ਹਿਆ ਲਿਖਿਆ ਸ਼ੌਕ ਬਣ ਗਿਆ, ਕਿਤਾਬਾਂ ਲਿਖਣ ਵਾਲਾ ਸ਼ੌਕ ਬਣ ਗਿਆ, ਇਸ ਤਰ੍ਹਾਂ ਦਾ ਸ਼ੌਕ ਨਹੀਂ ਸੀਗਾ। ਲੋ ਸ਼ਾਹ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ, ਤੁਸੀਂ ਆਪਣਾ ਟਾਈਮ ਦਿੱਤਾ। ਸਭ ਦੋਸਤਾਂ ਨੂੰ ਸਲਾਮ। ਵਾਲੇਕੁਮ ਅਸਲਾਮ। ਅੱਲਾਹ ਤਾਲਾ ਸਭ ਨੂੰ ਖੈਰ ਫਿਕਰ ਨਾ ਰੱਖੇ। ਆਮੀਨ। ਬਹੁਤ ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ ਜੀ। ਓਕੇ।